ਰਾਜ ਰੁਕੀ ਰੁਕੀ ਮੇਰੀ ਗੱਲ ਸੁਣ ਕੇ ਜਾਈ ਇੱਕ ਮਿੰਟ ਰੁਕੀ 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 ਬੜੀ ਜੀ ਗੱਲ ਸੁਣਿਆ ਮੈਂ ਉਹਦੀ ਜਾ ਮੈਂ ਉੱਥੇ ਖੜਾ ਜਾਂਗਾ ਓਕੇ ਓਕੇ ਠੀਕ ਆ ਕਿਰਪਾ ਕਰਕੇ ਜ਼ਰੂਰ ਪੜ੍ਹੋ ਇਸ ਰਾਹ 'ਤੇ ਕੱਲ੍ਹ ਮੇਰਾ 50 ਰੁਪਏ ਦਾ ਨੋਟ ਡਿੱਗ ਗਿਆ ਹੈ ਅਤੇ ਮੇਰੀ ਨਿਗਾਹ ਕਮਜ਼ੋਰ ਹੋਣ ਕਾਰਨ ਮੈਨੂੰ ਮਿਲਿਆ ਨਹੀਂ ਜਿਸ ਨੂੰ ਵੀ ਮਿਲਿਆ ਹੋਵੇ ਹੇਠ ਲਿਖੇ ਪਤੇ 'ਤੇ ਪਹੁੰਚਾ ਦਿਓ ਮਾਈ ਹਰਨਾਮੋ ਲੱਕੜ ਵਾਲੇ ਆਰੇ ਦੇ ਕੋਲ ਸਰਕਾਰੀ ਸੁਸਾਇਟੀ ਦੇ ਨਾਲ ਵਾਲੀ ਗਲੀ ਯਾਰ ਮੈਂ ਸੋਚਦਾ ਸੀ ਮੰਨ ਲਾ ਆਪਣੇ 50 ਰੁਪਏ ਡਿੱਗ ਪੈਣ ਤਾਂ ਆਪਾਂ ਨੂੰ ਕਿੱਡਾ ਵੱਡਾ ਨੁਕਸਾਨ ਹੋਊਗਾ 50 ਰੁਪਏ ਤਾਂ ਯਾਰ ਕੋਈ ਬਾਹਲੀ ਵੱਡੀ ਗੱਲ ਨਹੀਂ ਕੋਈ ਬਾਹਲਾ ਵੱਡਾ ਨੁਕਸਾਨ ਨਹੀਂਗਾ ਜੇ ਕੋਈ ਬਾਹਲੀ ਵੱਡੀ ਰਕਮ ਹੋਵੇ ਆਪਾਂ ਨੂੰ ਨੁਕਸਾਨ ਹੋ ਸਕਦਾ ਪਰ ਜੇ ਇਹੀ 50 ਰੁਪਏ ਕਿਸੇ ਲਈ ਬਹੁਤ ਮਾਇਨੇ ਰੱਖਦੇ ਹੋਣ ਫਿਰ ਉਹ ਕਿਵੇਂ ਮੈਂ ਸਮਝਿਆ ਉਹ ਪਰਚੀ ਦੇਖ ਰਹੀ ਆ ਹਾਂ ਦੇਖ ਰਹੀ ਆ ਉਹਦੇ 'ਚ ਪਤਾ ਕੀ ਲਿਖਿਆ ਹੁਣ ਤੂੰ ਦੱਸ ਤੈਨੂੰ ਕਿਵੇਂ ਲੱਗਿਆ ਸਹੀ ਗੱਲ ਆ ਯਾਰ ਬਹੁਤ ਗੱਲ ਸਹੀ ਗੱਲ ਕਿਉਂ ਨਾ ਆਪਾਂ ਉਹਦੀ ਮਦਦ ਕਰੀਏ ਚੱਲ ਚੱਲ ਚੱਲੀਏ
ਜਾਂਦਾ 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 ਇੱਕ ਕੰਮ ਕਰ। ਹਾਂਜੀ। ਜਿਹੜੀ ਪਰਚੀ ਉਹ ਪਾੜ ਦੀ। ਠੀਕ ਹੈ। ਪਰਚੀ ਪੱਟ ਕੇ ਕੀ ਮੈਂ ਸਹੀ ਕਰ ਰਿਹਾ? ਨਹੀਂ, ਸ਼ਾਇਦ ਮੈਂ ਇਹ ਗਲਤ ਕਰ ਰਿਹਾ। ਮੈਂ ਉਸ ਬੰਦੇ ਦੀ ਸੋਚ ਨੂੰ ਪੱਟ ਰਿਹਾ। ਮੈਂ ਇੱਥੋਂ ਪਹਿਲਾਂ ਜਿੰਨੇ ਵੀ ਲੋਕ ਮਾਤਾ ਕੋਲ ਗਏ ਹੋਣਗੇ, ਮਾਤਾ ਨੇ ਸਾਰਿਆਂ ਨੂੰ ਹੀ ਇਹ ਗੱਲ ਕਹੀ ਹੋਣੀ ਹੈ। ਜਦੋਂ ਉਹਨਾਂ ਨੇ ਪਰਚੀ ਨਹੀਂ ਪੱਟੀ ਤਾਂ ਮੈਂ ਕਿਉਂ ਪਾੜਾਂ?